ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਆਪਣਾ ਯੂਟਿਊਬ ਚੈਨਲ ਦਿਲਜੋਤ ਪਰਮਾਰ। ਦੋਸਤੋ, ਅੱਜ ਦੀ ਵੀਡੀਓ 'ਚ ਅਸੀਂ ਲੈ ਕੇ ਆਏ ਜੀ 20 ਮੰਥਲੀ ਐਗਜ਼ਾਮ ਜੁਲਾਈ ਦਾ 2024 ਦਾ ਇੱਕ ਸੈਂਪਲ ਪੇਪਰ ਜੋ ਕਿ ਤੁਹਾਡਾ ਹੋਊਗਾ, ਠੀਕ ਹੈ। ਸੋ ਇਹਦੇ ਵਿੱਚ ਤੁਹਾਨੂੰ ਮੋਸਟ ਇੰਪੋਰਟੈਂਟ ਕੁਸ਼ਚਨ ਦਿਸ ਜਾਣਗੇ ਤੁਹਾਡੇ ਪੇਪਰ ਦੇ ਵਿੱਚ ਜੋ ਤੁਹਾਨੂੰ ਦੇਖਣ ਨੂੰ ਮਿਲਣਗੇ। ਸੋ ਇਸ ਲਈ ਇਸ ਵੀਡੀਓ ਨੂੰ ਪੂਰਾ ਦੇਖ ਲਿਓ, ਲਾਈਕ ਕਰ ਲਿਓ ਵੀਡੀਓ ਨੂੰ, ਜੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰਕੇ ਰੱਖ ਲਿਓ। 20 ਨੰਬਰ ਦੇ ਤੁਹਾਡੇ ਪੇਪਰ ਹੋਣੇ ਆ, ਠੀਕ ਹੈ ਜੀ, ਜੁਲਾਈ ਵਾਲੇ। ਸੋ ਇਹ ਸੈਂਪਲ ਪੇਪਰ ਆਪਾਂ ਲੈ ਆਏ ਹਾਂ ਜੀ, ਚਲੋ ਕਰਦੇ ਹਾਂ ਜੀ ਵੀਡੀਓ ਸਟਾਰਟ। 10th ਕਲਾਸ ਦਾ ਹੈਗਾ, ਹੇਠ ਲਿਖੀਆਂ ਵਿੱਚੋਂ ਕਿਹੜੀ ਆਫਿਸ ਟੂਲ ਦੀ ਉਦਾਹਰਣ ਹੈ? ਵਿਚ ਆਫ ਦਾ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਆਫਿਸ ਟੂਲ, ਠੀਕ ਹੈ। ਸੋ ਇਹਨਾਂ ਵਿੱਚੋਂ ਕਿਹੜੀ ਹੈ ਜੀ? MS ਵਰਡ, ਪਾਵਰ ਪੁਆਇੰਟ ਜਾਂ ਫਿਰ ਗੂਗਲ ਸਲਾਈਡਸ, ਇਹਨਾਂ ਤਿੰਨਾਂ ਵਿੱਚੋਂ ਕਿਹੜੀ ਆ? ਸੋ ਇਹ ਤਿੰਨੋਂ ਹੀ, ਠੀਕ ਹੈ ਜੀ, ਆਫਿਸ ਟੂਲਸ ਦੀ ਉਦਾਹਰਣ ਨੇ, ਐਗਜ਼ਾਮਪਲਸ ਨੇ, ਇਸ ਲਈ ਇਹਦਾ ਆਂਸਰ ਆਜੂਗਾ ਜੀ ਆਪਣਾ ਸੱਸਾ ਅਬਾਊਟ ਆਲ ਆਫ ਦੀਜ਼, ਠੀਕ ਹੈ। ਨੈਕਸਟ ਆਜੂਗਾ ਜੀ ਸੈਕਿੰਡ, ਹੇਠ ਲਿਖੀਆਂ ਵਿੱਚੋਂ ਵਰਡ ਪ੍ਰੋਸੈਸਰ ਦੀ ਉਦਾਹਰਣ ਹੈ? ਵਿਚ ਆਫ ਦਾ ਫੋਲੋਇੰਗ ਐਗਜ਼ਾਮਪਲ ਆਫ ਵਰਡ ਪ੍ਰੋਸੈਸਰ, ਸੋ ਇਹਨਾਂ ਦੋ ਤਿੰਨਾਂ ਦੇ ਵਿੱਚੋਂ ਵਰਡ ਪ੍ਰੋਸੈਸਰ ਦੀ ਕਿਹੜੀ ਉਦਾਹਰਣ ਹੈ, ਠੀਕ ਹੈ। ਸੋ ਚਲੋ ਦੇਖਦੇ ਹਾਂ। ਸੋ ਨੈਕਸਟ ਆਪਣੇ ਕੋਲ ਕੁਸ਼ਚਨ ਆਜੂਗਾ ਜੀ ਥਰਡ, ਸੋਰੀ ਆਪਾਂ ਸੈਕਿੰਡ ਦਾ ਤਾਂ ਆਂਸਰ ਦਿੱਤਾ ਹੀ ਨਹੀਂ, ਸੈਕਿੰਡ ਦਾ ਆਂਸਰ ਆਪਣੇ ਕੋਲ ਆਜੂਗਾ ਜੀ ਗੂਗਲ ਡੋਕਸ। ਨੈਕਸਟ ਆਜੂਗਾ ਜੀ ਆਪਣਾ ਥਰਡ ਕੁਸ਼ਚਨ, ਥਰਡ ਦੇ ਵਿੱਚ ਦੇਖ ਲਓ, ਡੈਸ਼ ਵੈਬਸਾਈਟਾਂ ਜਾਂ ਵੈਬ ਪੇਜਾਂ ਦਾ ਸੰਗ੍ਰਹਿ ਹੁੰਦਾ, ਠੀਕ ਹੈ। ਡੈਸ਼ ਇਜ਼ ਅ ਕਲੈਕਸ਼ਨ ਆਫ ਅ ਵੈਬਸਾਈਟ ਔਰ ਵੈਬ ਪੇਜਸ, ਠੀਕ ਹੈ। ਸੋ ਇਹ ਤਾਂ ਸਾਰਿਆਂ ਨੂੰ ਪਤਾ ਹੋਊਗਾ, ਠੀਕ ਹੈ, ਵਰਲਡ ਵਾਈਡ ਵੈਬ, ਠੀਕ ਹੈ। ਸੋ ਹੁਣ ਦੇਖਦੇ ਹਾਂ ਜੀ ਫੋਰਥ, ਫੋਰਥ ਹੈਗਾ ਜੀ ਉਹ ਟੈਕਸਟ ਹੁੰਦਾ ਹੈ ਜਿਸ ਵਿੱਚ ਦੂਜੇ ਵੈਬ ਪੇਜਾਂ ਦੇ ਲਿੰਕ ਮੌਜੂਦ ਹੁੰਦੇ ਹਨ, ਠੀਕ ਹੈ। ਡੈਸ਼ ਇਜ਼ ਦਾ ਟੈਕਸਟ ਵਿੱਚ ਕੰਟੇਨਸ ਲਿੰਕਸ ਟੂ ਅਦਰ ਵੈਬ ਪੇਜ, ਸੋ ਕੀ ਆਜੂਗਾ ਜੀ ਇਹਦਾ ਆਂਸਰ? ਇਹਦਾ ਆਜੂਗਾ ਜੀ ਹਾਈਪਰ ਟੈਕਸਟ, ਐਡ ਆ ਆਪਸ਼ਨ। ਸੋ ਨੈਕਸਟ ਦੇਖਦੇ ਹਾਂ ਜੀ ਆਪਣਾ, ਨੈਕਸਟ ਆਪਣੇ ਆਜੂਗਾ ਜੀ ਟਰੂ ਫੋਲਸ ਅਤੇ ਖਾਲੀ ਥਾਵਾਂ। ਸੋ ਸਭ ਤੋਂ ਪਹਿਲਾਂ ਆਜੂਗਾ ਜੀ ਐਪਲੀਕੇਸ਼ਨ ਸੋਫਟਵੇਅਰ ਨੂੰ ਡੈਸ਼ ਵੀ ਕਿਹਾ ਜਾਂਦਾ, ਠੀਕ ਹੈ। ਸੋ ਇਹਨੂੰ ਕੀ ਕਿਹਾ ਜਾਂਦਾ ਵਾ? ਸੋ ਇਹਨੂੰ ਆਪਾਂ ਕਹਿ ਦਿੰਦੇ ਹਾਂ ਜੀ ਐਡ ਯੂਜ਼ਰ ਐਪਲੀਕੇਸ਼ਨ ਵੀ, ਠੀਕ ਹੈ। ਸੋ ਇਹਦਾ ਆਂਸਰ ਹੈਗਾ ਜੀ ਐਡ ਯੂਜ਼ਰ ਐਪਲੀਕੇਸ਼ਨ। ਹੁਣ ਦੇਖਦੇ ਹਾਂ ਨੈਕਸਟ, ਸੈਕਿੰਡ ਕੁਸ਼ਚਨ ਦੇਖ ਸਕਦੇ ਹੋ, ਡੈਸ਼ ਟੈਗ ਦੀ ਵਰਤੋਂ ਸਿੰਗਲ ਲਾਈਨ ਬ੍ਰੇਕ ਦਾਖਲ ਕਰਨ ਲਈ ਕੀਤੀ ਜਾਂਦੀ ਹੈ, ਠੀਕ ਹੈ। ਡੈਸ਼ ਟੈਗ ਇਜ਼ ਅ ਯੂਜ਼ਡ ਇਨਸਰਟ ਅ ਸਿੰਗਲ ਲਾਈਨ ਬ੍ਰੇਕ, ਸੋ ਦੇਖਦੇ ਹਾਂ ਜੀ ਇਹਦਾ ਆਂਸਰ। ਸੋ ਦੋਸਤੋ, ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਫੋਰਥ ਦਾ ਆਂਸਰ ਆਪਣੇ ਕੋਲ ਦਿੱਤਾ ਨਹੀਂ ਹੋਇਆ, ਠੀਕ ਹੈ। ਸੋ 6 ਆਪਣੇ ਕੋਲ ਹੈਗੇ ਆ, ਠੀਕ ਹੈ, 1, 2, 3, 4 ਚੌਥਾ ਆਪਾਂ ਮੰਨ ਸਕਦੇ ਹਾਂ ਜੀ ਆਪਣਾ ਆਹ ਵਾ ਕੀ ਕਹਿੰਦੇ ਆ ਸਭ, ਠੀਕ ਹੈ। ਸੋ ਇਹਦਾ ਆਂਸਰ ਆਪਣਾ ਸਭ, ਠੀਕ ਹੈ, ਹੈ ਨਾ। ਜਿਵੇਂ 1 ਹੋ ਗਿਆ, ਆ 2 ਹੋ ਗਿਆ, 2, 3, 4 ਚੌਥਾ ਆਪਣੇ ਕੋਲ ਆਂਸਰ ਆ, ਸੋ ਇਹ ਆ ਰਿਹਾ ਜੀ ਸਭ, ਠੀਕ ਹੈ। ਸੋ ਹੁਣ ਦੇਖਦੇ ਹਾਂ ਨੈਕਸਟ, ਨੈਕਸਟ ਆਪਣੇ ਕੋਲ ਆਜੂਗਾ ਜੀ ਡੈਸ਼ ਐਂਟਰੀਬਿਊਟਸ ਦੀ ਵਰਤੋਂ ਐਟਮਲ ਦੀ ਬੈਕਗਰਾਊਂਡ ਉੱਪਰ ਤਸਵੀਰ ਸੈੱਟ ਕਰਨ ਲਈ ਕੀਤੀ ਜਾਂਦੀ ਆ, ਠੀਕ ਹੈ। ਸੋ ਇਹਦਾ ਆਂਸਰ ਦੇਖਦੇ ਹਾਂ, ਸੋ ਇਹਦਾ ਆਂਸਰ ਆਪਣੇ ਕੋਲ ਆਜੂਗਾ ਜੀ ਬੈਕਗਰਾਊਂਡ, ਜਿਵੇਂ ਤੁਸੀਂ ਦੇਖ ਸਕਦੇ ਹੋ। ਸੋ ਹੁਣ ਦੇਖਦੇ ਹਾਂ ਜੀ ਆਪਾਂ ਨੈਕਸਟ, ਉਸ ਤੋਂ ਬਾਅਦ ਆਪਣੇ ਕੋਲ ਚੌਥੇ ਨੰਬਰ 'ਤੇ ਆਪਣੇ ਕੋਲ ਆਜੂਗਾ ਜੀ ਗੂਗਲ ਸ਼ੀਟ ਇੱਕ ਆਨਲਾਈਨ ਵਰਡ ਪ੍ਰੋਸੈਸਰ ਹੈ, ਗੂਗਲ ਸ਼ੀਟ ਇਜ਼ ਆਨਲਾਈਨ ਵਰਡ ਪ੍ਰੋਸੈਸਰ, ਸੋ ਇਹਦਾ ਆਂਸਰ ਆਜੂਗਾ ਜੀ ਸਹੀ ਟਰੂ। ਨੈਕਸਟ ਦੇਖਦੇ ਹਾਂ ਜੀ ਆਪਣੇ ਕੋਲ ਪੂਰੇ ਨਾਂ ਕਰਨੇ ਆ, ਠੀਕ ਹੈ। HTML ਦਾ ਪੂਰਾ ਨਾਂ ਕੀ ਆ? ਹਾਈਪਰ ਟੈਕਸਟ ਮਾਰਕਅਪ ਲੈਂਗੁਏਜ, ਜਿਵੇਂ ਸਾਰਿਆਂ ਨੂੰ ਪਤਾ ਵਾ ਯੂ ਦੀ ਕੀ ਆ ਅੰਡਰਲਾਈਨ, ਪੀ ਦਾ ਕੀ ਆ ਪੈਰਾਗ੍ਰਾਫ, ਸੋ HR ਦਾ ਕੀ ਆ ਆਪਣਾ। ਸੋ ਚੌਥੇ ਦਾ ਆਪਣੇ ਕੋਲ ਹੈਗਾ ਜੀ ਹੋਰੀਜ਼ੈਂਟਲ ਰੂਲਰ। ਨੈਕਸਟ ਦੇਖਦੇ ਹਾਂ ਜੀ ਆਪਣਾ, ਨੈਕਸਟ ਆਪਣੇ ਕੋਲ ਆ ਜਾਣਗੇ ਜੀ ਕੁਸ਼ਚਨ ਆਂਸਰ, ਜਿਵੇਂ ਤੁਸੀਂ ਸਾਰਿਆਂ ਨੂੰ ਪੜ੍ਹ ਸਕਦੇ ਹੋ ਆਫਿਸ ਟੂਲਸ ਦੀ ਪਰਿਭਾਸ਼ਾ ਦਿਓ, ਠੀਕ ਹੈ। 3-3 ਨੰਬਰਾਂ ਦੇ 3 ਕੁਸ਼ਚਨ ਹੋਣਗੇ ਜੋ ਕਿ ਤੁਹਾਡੇ 9 ਨੰਬਰਾਂ ਦੇ ਹੋ ਗਏ, ਠੀਕ ਹੈ। ਸੋ ਦੋਸਤੋ, ਇਹਦੇ ਵਿੱਚ ਤੁਹਾਨੂੰ ਇਕੱਲੇ ਕੁਸ਼ਚਨਸ ਵੀ ਦਿੱਤੇ ਜਾ ਸਕਦੇ ਆ ਐਤਕੀ, ਜਿਹੜੇ ਤੁਹਾਡੇ 20 ਨੰਬਰ ਦੇ ਪੇਪਰ ਹੋਣਗੇ। ਸੋ ਇਸ ਲਈ ਤੁਹਾਨੂੰ ਇੰਪੋਰਟੈਂਟ ਕੁਸ਼ਚਨ ਇਹਦੇ ਵਿੱਚ ਮਿਲ ਜਾਣਗੇ। ਆਫਿਸ ਟੂਲ ਦੀ ਪਰਿਭਾਸ਼ਾ ਦਿਓ, ਠੀਕ ਹੈ, ਡਿਫਾਈਨ ਆਫਿਸ ਟੂਲਸ। ਚਲੋ ਦੇਖਦੇ ਹਾਂ,
ਅਤੇ ਬਾਕੀ ਕੁਐਸਚਨਸ ਵੀ ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ। ਔਨਲਾਈਨ ਆਫਿਸ ਟੂਲਸ ਦੀ ਵਰਤੋਂ ਦੇ ਲਾਭ ਅਤੇ ਹਾਨੀਆਂ ਡੈਸ਼ ਹੈਗਾ, ਨੈਕਸਟ ਹੈਗਾ ਜੀ ਵਟ ਆਰ ਦਾ ਐਡਵਾਂਟੇਜ ਐਂਡ ਡਿਸਐਡਵਾਂਟੇਜ ਆਫ ਯੂਜਿੰਗ ਔਫਲਾਈਨ ਆਫਿਸ ਟੂਲਸ। ਠੀਕ ਹੈ, ਸੋ ਦੇਖਦੇ ਹਾਂ ਹੁਣ ਆਪਾਂ ਥਰਡ ਵੀ ਕੀ ਕੁਐਸਚਨ ਆਪਣੇ ਕੋਲ। ਥਰਡ ਹੈਗਾ ਜੀ ਆਪਣੇ ਕੋਲ ਐਚਟੀਐਮਐਲ ਕੀ ਹੈ, ਇਸ ਦਾ ਬੇਸਿਕ ਸਟਰਕਚਰ ਲਿਖੋ। ਠੀਕ ਹੈ, ਸੋ ਵਟ ਇਜ਼ ਐਚਟੀਐਮਐਲ, ਸੋ ਦੇਖਦੇ ਹਾਂ ਜੀ। ਸੋ ਜਿਵੇਂ ਤੁਸੀਂ ਆਪਣਾ ਆਨਸਰ ਦੇਖ ਸਕਦੇ ਹੋ, ਸਭ ਤੋਂ ਪਹਿਲਾਂ ਹੈਗਾ ਜੀ ਆਫਿਸ ਟੂਲਸ ਦੀ ਪਰਿਭਾਸ਼ਾ ਦੇਖੋ। ਸੋ ਆਫਿਸ ਟੂਲਸ ਜਿਵੇਂ ਤੁਸੀਂ ਦੇਖ ਸਕਦੇ ਹੋ, ਉਹ ਸਾਫਟਵੇਅਰ ਜੋ ਕੰਪਿਊਟਰ ਯੂਜ਼ਰ ਨੂੰ ਉਹਨਾਂ ਦੇ ਦਫਤਰੀ ਕੰਮਾਂ, ਠੀਕ ਹੈ, ਸੋ ਵਗੈਰਾ ਵਗੈਰਾ ਇਹ ਜਿਹੜੇ ਲਿਖੇ ਹੋਏ ਆ ਨਾ, ਉਹ ਸਾਰਾ ਤੁਹਾਨੂੰ ਲਿਖ ਦੇਣਾ ਵਾ ਕਿ ਇਹ ਦਫਤਰੀ ਕੰਮਾਂ ਲਈ ਵਗੈਰਾ, ਸਪਰੈਡਸ਼ੀਟ, ਵਰਡ ਪ੍ਰੋਸੈਸਰ, ਠੀਕ ਹੈ, ਇਹ ਹੈਗੇ ਆ ਜੀ ਮਹੱਤਵਪੂਰਨ ਐਪਲੀਕੇਸ਼ਨ ਸੋਫਟਵੇਅਰ ਵਾਲੇ। ਠੀਕ ਹੈ, ਜਾਂ ਐਪਲੀਕੇਸ਼ਨ ਸੋਫਟਵੇਅਰ ਕੀ ਹਨ। ਠੀਕ ਹੈ, ਇਹ ਤੁਹਾਨੂੰ ਦੋਨਾਂ 'ਚੋਂ ਮੋਸਟ ਇੰਪੋਰਟੈਂਟ ਕੁਐਸਚਨ ਆ, ਕੋਈ ਵੀ ਆ ਸਕਦਾ। ਹੁਣ ਨੈਕਸਟ ਦੇਖਦੇ ਹਾਂ, ਨੈਕਸਟ ਆਪਣੇ ਕੋਲ ਆਜੂਗਾ ਜੀ ਔਨਲਾਈਨ ਅਤੇ ਆਫਲਾਈਨ ਟੂ ਦੇ ਨੁਕਸਾਨ। ਠੀਕ ਹੈ, ਸੋ ਇਹ ਔਨਲਾਈਨ ਦੇ ਨੁਕਸਾਨ ਦੇਖ ਲਿਓ। ਅਤੇ ਜਿਵੇਂ ਪਹਿਲਾਂ ਤਾਂ ਹੈਗਾ ਜੀ ਔਨਲਾਈਨ ਆਫਿਸ ਟੂਲਸ ਦੀ ਵਰਤੋਂ ਕਰਨ ਦੀ ਲਾਗਤ ਜਾਂ ਬਹੁਤ ਘੱਟ ਹੁੰਦੀ ਹੈ, ਠੀਕ ਹੈ, ਸੇਵਾ ਇਹ ਵਗੈਰਾ ਵਗੈਰਾ। ਅਤੇ ਆਫ ਨੁਕਸਾਨ ਤੁਸੀਂ ਥਰਡ ਥੱਲੇ ਦੇਖ ਲਿਓ, ਚੰਗੀ ਤਰ੍ਹਾਂ ਪੜ੍ਹ ਲਿਓ ਅਤੇ ਚੰਗੀ ਤਰ੍ਹਾਂ ਯਾਦ ਕਰ ਲਿਓ ਪੇਪਰਾਂ ਲਈ। ਨੈਕਸਟ ਆਪਣੇ ਕੋਲ ਆਜੂਗਾ ਜੀ ਐਚਟੀਐਮਐਲ ਕੀ ਹੈ। ਠੀਕ ਹੈ, ਸੋ ਜਿਹੜਾ ਆਪਣਾ ਸਟਰਕਚਰ ਕੀ ਹੈ ਇਹਦਾ ਅਤੇ ਐਚਟੀਐਮਐਲ ਕੀ ਆ, ਸੋ ਇਹ ਤੁਸੀਂ ਆਪਣੇ ਆਨਸਰ ਦੇਖ ਸਕਦੇ ਹੋ। ਠੀਕ ਹੈ, ਸੋ ਜਿਵੇਂ ਇਹਦੇ 'ਚ ਦੋ ਟੈਗਸ ਹੁੰਦੇ ਆ, ਪੇਅਰਡ ਅਤੇ ਅਨਪੇਅਰਡ, ਜਿਹਨੂੰ ਆਪਾਂ ਕੰਟੇਨਰ ਜਾਂ ਐਮਪਟੀ ਟੈਗ ਵੀ ਕਹਿ ਦਿੰਦੇ ਹਾਂ। ਸੋ ਇਹ ਸਾਰਾ ਸੀਗਾ ਜੀ ਆਪਣਾ, ਅਤੇ ਸਾਰਾ ਇੱਥੇ ਪੇਪਰ ਖਤਮ ਹੁੰਦਾ ਵਾ। ਅਤੇ ਹੋਰ ਪੇਪਰ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਲਾਈਕ ਕਰ ਦਿਓ ਵੀਡੀਓ ਨੂੰ। ਚਲੋ ਦੋਸਤੋ, ਚੰਗਾ, ਬਾਏ।